ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਹੇ ਹਾਂ ਅਰਚਨਾ ਮਕਵਾਣਾ ਦੀ। ਤਾਂ ਦੱਸ ਰਹੇ ਦੋਸਤੋ, ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਜਿਹੜੀ ਕੋਂਟਰੋਵਰਸੀ ਜੁੜੀ ਸੀ ਅਰਚਨਾ ਦੀ, ਉਸ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ। ਜਾਂ ਦੋਸਤੋ, ਅਰਚਨਾ ਮਕਵਾਣਾ ਨੇ ਯੋਗਾ ਡੇ ਵਾਲੇ ਦਿਨ ਹਰਿਮੰਦਰ ਸਾਹਿਬ ਜਾ ਕੇ ਯੋਗਾ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੁਆਰਾ ਇਸ ਦਾ ਵਿਰੋਧ ਜ਼ਾਹਿਰ ਕੀਤਾ ਗਿਆ। ਉਸ ਤੋਂ ਬਾਅਦ SCPC ਦੇ ਵੱਲੋਂ ਵੀ ਵੱਡੇ ਐਕਸ਼ਨ ਲਏ ਗਏ, ਜਿਸ ਤੋਂ ਬਾਅਦ ਅਰਚਨਾ ਨੇ ਇਸ ਮੁੱਦੇ ਦੇ ਉੱਪਰ ਮਾਫ਼ੀ ਵੀ ਮੰਗੀ। ਲੇਕਿਨ ਤੁਹਾਨੂੰ ਦੱਸ ਰਹੇ ਦੋਸਤੋ, ਮਾਫ਼ੀ ਦੇ ਨਾਲ ਕੰਮ ਨਹੀਂ ਚੱਲਿਆ, ਬਾਕਾਇਦਾ ਅਰਚਨਾ ਦੇ ਉੱਪਰ FIR ਵੀ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈਗਾ ਉਹ ਵੱਧਦਾ ਗਿਆ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਚਨਾ ਨੇ ਹੁਣ ਇਸ ਮਾਮਲੇ ਦੇ ਉੱਪਰ ਆਪਣੀ ਪ੍ਰਤੀਕਿਰਿਆ ਇੱਕ ਹੋਰ ਦਿੱਤੀ ਹੈ, ਇੱਕ ਹੋਰ ਰਿਐਕਸ਼ਨ ਸਾਹਮਣੇ ਆਈ ਹੈ, ਜਿਸ ਦੇ ਵਿੱਚ ਅਰਚਨਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਪਰ ਉਸੇ ਦਿਨ ਦੀਆਂ ਫੋਟੋਜ਼ ਸ਼ੇਅਰ ਕੀਤੀਆਂ ਗਈਆਂ ਨੇ। ਜੀ ਹਾਂ ਦੋਸਤੋ, ਤੁਹਾਡੀ ਸਕਰੀਨ ਦੇ ਉੱਪਰ ਚੱਲਦੀਆਂ ਪਈਆਂ ਨੇ ਉਹ ਫੋਟੋਜ਼, ਜਿਹਦੇ ਵਿੱਚ ਅਰਚਨਾ ਉੱਥੇ ਸੇਵਾ ਕਰਦੀ ਹੋਈ, ਲੰਗਰ ਛਕਦੀ ਹੋਈ, ਪ੍ਰਸ਼ਾਦ ਲੈਂਦੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਅਰਚਨਾ ਦੇ ਆਪਣੇ ਓਫੀਸ਼ੀਅਲ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਪਰ ਇਹ ਜਿਹੜੇ ਫੋਟੋਆਂ ਹੈਗੀਆਂ ਨੇ ਸ਼ੇਅਰ ਕੀਤੀਆਂ ਨੇ, ਜੋ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਉਹਨੇ ਜੋ ਪ੍ਰਸ਼ਾਦ ਲਿਆ, ਜੋ ਵੀ ਉੱਥੇ ਉਹਨੇ ਸੇਵਾ ਪਾਈ, ਸੇਵਾ ਕੀਤੀ, ਉਸ ਦੀਆਂ ਫੋਟੋਜ਼ ਬਕਾਇਦਾ ਉਹਨੇ ਲਈਆਂ ਨੇ। ਹਾਲਾਂਕਿ ਜਿਹੜੀ ਯੋਗਾ ਵਾਲੀ ਪਿਕ ਸੀ ਉਹ ਅਰਚਨਾ ਨੇ ਆਪਣੀ ਪ੍ਰੋਫਾਈਲ ਦੇ ਉੱਪਰੋਂ ਹਟਾ ਦਿੱਤੀ ਹੈ, ਰਿਮੂਵ ਕਰ ਦਿੱਤੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ, ਕਮੈਂਟ ਸੈਕਸ਼ਨ ਆਪਣੀ ਰਾਏ ਜ਼ਰੂਰ ਦਿਓ।